सीरे गले गासब जेड़ा वा ओ नहीं लभ रहा किथे आए हो मजेठ माही दियां रोबियां मजेठ माही दियां रोबियां ओहो हो कप भी दे दिया कर यार वर्कशॉप भी चार कप ले आया यार मिंट ला वर्कशॉप दे ध्यान करे भी किसी का जट्ठू बठा डिग पिया जे रोटी खुल गई अंदर फिल्म देखण गए जब तेरे पता कमरा छोटा लैण के जाना डुब के मर जा मेनू भी लै के डुबण लगा सी एदे च निछा मारने आ तो बस तकफार छोटे भरा टाइम कट के कुटो काम ते नहीं जांदा मरनो बसिया तेरा मकैनिक इनू की होया विच फस चला सीगा किहदे इहदे मशीन दे विच ओए फसिया नहीं होना सिर ला के चक्कण रहा होना वा तुसीं समझा फस गया वा शिगिरद बादशाह की आ तेनू पता 8 बजे दुकान खोलनी है 12 बजे काम ते आउण डया तू यार चले दौड़ जा मैं नहीं तेनू रखना मैं तेनू रखिया वा 8 बजे दुकान मैं खोलदा तू खोलदा ते शिगिरदा नहीं खोलनी उस्ताद ने खोलनी है बंदा दे के गया सीगा मैं ओदी आटो दा शर्ट लै लिया तेनू कदे इनाम दे के गया दिता भी मैनू पैसे कह दवा हकीम साहब हां बेटे खां मैं क्या अपने को गुले बगैर ती जड़ी बूटी पई है हाँ जी हाँ जी मेरे को गुले सत्तर चुल्लियां दी सवा भी है मैं क्या चाचा ताज किड्डा सोहना टाइम सी इत्थे माड़े जिहा खोखा ला के ते कल्ला जानी खां पचा मुफ्त पी ले दी है बस हुण तां वेख ना बेरौनकी पै गई इत्थे दुकानां ही दुकानां बण गईआं दुआ करो किते गाहक ना आ जाए कोई मैं क्या हकीम साहब इत्थे आ जा मेरे कोल आ जा इत्थे एक ना मसला बन गया हकीम साहब की मसला बेटे मैं ना जो सुबह उठदा हां हां लक बहुत दुखदा ते तू दोपहरे उठ जाया कर बेटे फिर नहीं दुखिया करू हां नहीं उठ नहीं दुखेगा जाओ मेरा बेटा अपना काम करो ना दवाई लेनी ना देनी चल जा के चाह बना मैं कह चाचा ताज की गल लिया तेरे वाला जिक्र को गाहक नहीं बढ़िया तेरे ते रहमत हो गई है ना ओए मैं तो इतना मसरूफ है आ केस ही सॉल्व करता फिरदा है केड़ा केस करदा सॉल्व डब्बियां वाला केस के दूसरा हकीम साहब हां जी बेटे इधर तो देखो
ਫਾਂਸੀ ਤੋਂ ਬਚਿਆ ਵਾ ਤੇ ਨੀਵਾ ਨੀਵਾ ਹੋ ਕੇ ਬਰੀ ਹੋ ਗਿਆ। ਕਿੱਦਾਂ ਨੀਵਾ ਸੀ ਨਾ ਬਰੀ ਹੋ ਗਿਆ। ਨਸਾ ਉੱਚਾ ਨਸਾ ਉੱਚਾ ਅਜੇ ਚਲੇ ਇਹ ਤੇ ਚੇਕ ਕੁਲਫੀ ਕੱਢ ਕੇ ਖਾ ਲਵਾਂ ਜੇ ਕਹਿੰਦੇ। ਪੰਜਾਬ ਦਾ ਇੱਕ ਲੈਜੈਂਡ ਗੁਰੂਕਾਰ ਹੋਇਆ ਆ। ਕਿਹੜਾ? ਸਿੱਧੂ ਮੂਸੇ ਵਾਲਾ। ਹਾਂਜੀ ਹਾਂਜੀ, ਇਹਦਾ ਅਦਬ ਕਰਿਆ ਕਰੋ, ਇਹ ਆ ਪਿੱਧੂ ਮੂਸੇ ਵਾਲਾ। ਉੱਥੇ ਆਪਣੀ ਦੁਕਾਨ ਤੇ ਚੱਲ ਚਾਹ ਦਓ। ਯਾਰ ਤੈਨੂੰ ਟੈਂਕੀ ਠੀਕ ਕਰਨ ਲਈ ਕਿਹਾ ਸੀ, ਉਹ ਤੂੰ ਟੈਂਕੀ ਸਾਰੀ ਖਰਾਬ ਕਰ ਆਇਆ ਯਾਰ। ਮੈਂ ਟੈਂਕੀ 'ਚ ਬੰਬ ਮਾਰਤਾ? ਉਹ ਤੇਰੇ ਸ਼ਗਿਰਦ ਨੇ ਪੈਸੇ ਨਵੀਂ ਟੈਂਕੀ ਦੇ ਲਏ ਸਾਡੇ ਕੋਲੋਂ। ਹੈਂ, ਉਹ ਕਿੱਥੇ ਆ? ਪਹਿਲੇ ਮੈਨੂੰ ਉਹ ਤਾਂ ਮਿਲਾ ਨਾ। ਉਹ ਲੀਕੇਜ ਨਹੀਂ ਰੁਕਣ ਡਈ ਯਾਰ? ਉਹ ਲੀਕੇਜ ਨਹੀਂ ਰੁਕੀ, ਹੁਣ ਮੈਂ ਕਿਤੇ ਉਂਗਲ ਦੇ ਕੇ ਖੜਾ ਰਹਾਂ? ਟੇਪ ਲਾਇਆ, ਸ਼ਲੋਸ਼ਨ ਲਾਇਆ, ਹੁਣ ਮੈਂ ਕੀ ਕਰ ਦੇਵਾਂ ਉਹਦਾ? ਉਹ ਕਿਹੜਾ ਸ਼ਲੋਸ਼ਨ ਤੂੰ ਲਾ ਕੇ ਆਇਆ ਯਾਰ? ਉਹ ਤਾਂ ਫਿਰ ਲੀਕ ਕਰੀ ਜਾਣ ਡਈ ਆ। ਉਹ ਇੱਕੋ ਟੈਂਕੀ ਤੁਸੀਂ 30 ਸਾਲ ਤੋਂ ਇਸਤੇਮਾਲ ਕਰੀ ਜਾਣੇ, ਤੁਹਾਨੂੰ ਮੈਂ ਕਿਹਾ ਕਿ ਵੀ ਅਸੀਂ ਨਵੀਂ ਇਸਤੇਮਾਲ ਕਰੋ। ਮੈਂ ਤੈਨੂੰ 1000 ਰੁਪਈਆ ਦਿੱਤਾ। ਅਤੇ ਯਾਰ ਮੈਂ 1000 ਰੁਪਏ ਸਹੀ ਕਰਨੀ ਸੀ, ਮੈਂ ਕਿਤੇ ਟੁਕੜੇ ਲੈ ਕੇ ਸਹੀ ਕਰਦਾ ਵਾਂ। ਯਾਰ ਟੁਕੜਿਆਂ ਵਾਲੀ ਗੱਲ ਨਹੀਂ ਹੈਗੀ, ਤੂੰ ਦੜਾਈ ਵਾਲੀ ਨਾਲ ਗੱਲ ਕਰ ਮੇਰੇ ਨਾਲ, ਮੈਂ ਤੈਨੂੰ ਦੱਸਾਂ ਆਰਾਮ ਨਾਲ ਟੈਂਕੀ ਸਹੀ ਕਰ ਦੇ। ਪਿਛਲੇ ਮਹੀਨੇ ਤੇਰੇ ਕੋਲੋਂ ਪੰਪ ਸਹੀ ਕਰਾਇਆ, ਤੂੰ ਸੜਿਆ ਪੰਪ ਲਾ ਕੇ ਦੁਬਾਰਾ ਫਿਰ ਸੜਿਆ ਲਾਇਆ ਆ। ਉਹ ਯਾਰ ਤੈਨੂੰ ਦੇਖ ਕੇ ਸੜ ਗਿਆ ਹੋਣਾ, ਮੈਂ ਨਵਾਂ ਪੰਪ ਲਾ ਕੇ ਆਇਆ ਵਾਂ। ਉਹਦਾ ਕੰਮ ਠੀਕ ਕਰ, ਉਹਦੇ ਨਾਲ 400 ਬੀਸੀਆਂ ਲਾਉਂਦਾ ਆ ਤੂੰ। 400 ਬੀਸੀਆਂ ਮੈਂ ਕਿਤੇ ਖੰਜਰ ਮਾਰਤਾ? ਪੈਸੇ ਲੈ ਲਏ ਉਹਦੇ ਕੋਲ, ਉਹਦਾ ਸਮਾਨ ਨਹੀਂ ਠੀਕ ਕਰਕੇ ਦਿੰਦਾ, ਤੇਰੇ ਤੇ ਫੌਜਦਾਰੀ ਐਕਟ ਲੱਗੇਗਾ। ਲੈ ਫੌਜਦਾਰੀ ਐਕਟ ਲੱਗੇਗਾ? ਭਾਜੀ ਮੇਰੀ ਸੁਣੋ ਗੱਲ। ਹਾਂਜੀ। 1000 ਰੁਪਏ 'ਚ ਇੰਨਾ ਕੁਛ ਹੀ ਹੁੰਦਾ ਵਾ? 1000 ਰੁਪਏ 'ਚ ਕਿਤੇ ਹੁਣ ਤੁਹਾਨੂੰ ਮੈਂ ਨਵੀਂ ਟੈਂਕੀ ਨਹੀਂ ਰੱਖ ਕੇ ਦੇਣੀ, ਉਹ ਬਸ ਇੱਕ ਦਿਨ ਕੱਢ ਗਈ ਬਹੁਤ ਆ। ਮਿੱਠਿਆ ਤੂੰ ਮੈਨੂੰ ਜਾਂ ਮੇਰੇ ਪੈਸੇ ਮੋੜ ਜਾਂ ਟੈਂਕੀ ਨਵੀਂ ਲਾ ਗਿਆ, ਬਸ ਮੈਂ ਇੱਕ ਹੀ ਗੱਲ ਜਾਣਦਾ। ਜੇ ਨਹੀਂ ਤਾਂ ਮੈਨੂੰ ਤੜੀ ਤੂੜੀ ਲਾਈ ਨਾ, ਤੇ ਸਵੇਰੇ ਇਸ ਕਿਸਮ ਦੀ ਇੱਥੇ ਪੰਚਾਇਤ ਲੱਗੇਗੀ ਨਾ, ਪੂਰੀ ਮਾਰਕੀਟ 'ਚ ਹਲਚਲ ਪੈ ਜਾਣੀ ਆ। ਉਹ ਪੰਚਾਇਤ ਕਾਹਦੀ ਲੱਗੇਗੀ? ਮੈਂ ਤੇਰਾ ਪਲਾਟ ਖਾ ਗਿਆ ਵੀ ਪੰਚਾਇਤ ਲੱਗੂਗੀ? ਗੱਲ ਪਲਾਟ ਦੀ ਨਹੀਂ ਹੈਗੀ, ਗੱਲ ਟੈਂਕੀ ਦੀ ਹੋ ਰਹੀ ਆ। ਟੈਂਕੀ ਦੇ ਮਕਾ ਹਸਾਉਣ ਵਾਲੀਆਂ ਗੱਲਾਂ ਨਾ ਕਰ ਮੇਰੇ ਨਾਲ। ਇੱਥੇ ਬੜੇ ਵਾਧੇ ਘਾਟੇ ਹੋ ਜਿਹੜੇ ਆ, ਮੈਂ ਲੈ ਕੇ ਆਉਣਾ ਆਪਣੇ ਭਰਾਵਾਂ ਨੂੰ। ਉਹ ਭਰਾਵਾਂ ਨੂੰ ਕਾਹਤੋਂ ਲੈ ਕੇ ਆਉਣਾ? ਮੈਂ ਤੇਰੀ ਰੋਟੀ ਕੀਤੀ ਆ ਵੀ ਤੂੰ ਭਰਾਵਾਂ ਨੂੰ ਲੈ ਕੇ ਆਉਣਾ? 1000 ਰੁਪਏ ਦਾ ਰੌਲਾ ਵਾ। ਉਹ ਤੇਰੇ ਕੀ ਨਾ ਆ ਗਾਹਕ ਭਾਈ, ਤੇਰੇ ਸਿਰਫ ਅੰਗੂਠੇ ਲੱਗਣੇ ਆ, ਇਹ ਚੱਕੀ ਨਾ ਪੀਸੇ ਤਾਂ ਮੈਨੂੰ ਫੜ ਲਈ। ਮੈਂ ਪੈਰ ਦੇ ਅੰਗੂਠੇ ਵੀ ਲਾ ਦਿਆਂਗਾ ਚਾਚਾ ਜੀ, ਤੁਸੀਂ ਲਵਾਉਣ ਵਾਲੀ ਗੱਲ ਕਰੋ। ਤੁਸੀਂ ਪੈਰ ਦੇ ਅੰਗੂਠੇ ਬਣਾ ਨਾ ਲੈਣਾ ਮੇਰੇ ਕੋਲੋਂ ਚਾਚਾ, ਤੇ ਤਾਂ 9 ਸਾਲ ਵੱਡਾ ਪੁੱਤ ਪੁੱਤ ਕਹੀ ਜਾਂਦਾ ਵਾ। ਤੁਸੀਂ ਭਾਈ ਚੁੱਪ ਕਰਕੇ ਆਪਣੇ ਘਰ ਜਾਓ, ਸਾਡੇ ਕੋਲ ਹੈ ਨਹੀਂ ਪੈਸੇ, ਜੋ ਹੁੰਦਾ ਕਰ ਲਓ। ਚਲੋ ਫਿਰ ਸਵੇਰੇ ਆ ਲੈ ਲਾਂਗੇ ਅਸੀਂ, ਆ ਕੇ ਪੈਸੇ ਆਉਣਗੇ ਇੱਥੇ ਸਾਰੇ। ਸਵੇਰੇ ਨਾ 1 ਵਜੇ ਆਈ, ਮੈਂ 1 ਵਜੇ ਉੱਠਦਾ, ਐਵੇਂ ਤੰਗ ਨਾ ਕਰੀ ਮੈਨੂੰ। 1 ਵਜੇ ਆਈ ਆ ਗਿਆ, ਟੈਂਕੀ ਸਹੀ ਕੀਤੇ ਕੀ ਸਹੀ ਯਾਰ, ਮਜ਼ਾਕ ਵਾਲੀਆਂ ਗੱਲਾਂ। ਉਹ ਮਿੱਠੇ ਭਾਈ ਤੇਰਾ ਕੁੱਕੜ ਲੁਕਿਆ ਫਿਰਦਾ ਇੱਥੇ, ਉਰੇ ਆ ਉਰੇ ਆ। ਹਾਂਜੀ, ਆ ਬੰਦਾ ਕਿੱਧਰ ਆਇਆ ਸੀਗਾ? ਮੇਰੀ ਸਾਲਗਿਰਾ ਸੀ, ਮੈਨੂੰ ਵਿਸ਼ ਕਰਨ ਆਇਆ ਸੀ। ਆ ਡਰਾਉਣਾ ਜਿਹਾ ਮੂੰਹ ਲੈ ਕੇ ਹੁਣ ਆਉਂਦੇ ਆ, ਤੈਨੂੰ ਪਤਾ ਮੇਰੀ ਕਿੰਨੀ ਬਿਸਤੀ ਕਰਕੇ ਗਿਆ ਹੈ? ਤੁਸੀਂ ਮੈਨੂੰ ਦੱਸਿਆ ਕਿਉਂ ਨੀਗਾ? ਓਹੋ, ਤੂੰ ਕਿਤੇ ਬੁਰੇ ਵਿਹੜੀ ਗਿਆ ਸੀ? ਚੁੱਪ ਕਰਕੇ ਉੱਥੇ ਤੂੰ ਦੇਖੀ ਜਾਣ ਡਿਆ ਸੀ, ਅਗਲਾ ਮੈਨੂੰ ਇੱਥੇ ਭਾਵੇਂ ਲੰਮੇ ਪਾ ਕੇ ਮੇਰੀ ਲਤੌਰ ਕਰ ਦਿੰਦਾ ਹੈ। ਓ ਬੇਟੇ ਖਾਂ, ਓ ਚੁੱਪ ਕਰ ਜਾ, ਮਦਰੇ ਕਿੱਕਰ ਸਾਈਡ ਤੇ ਹੋ ਜਾ, ਹੁਣ ਤੇਰੀ ਆਵਾਜ਼ ਨਾ ਆਵੇ ਜਾਨੀ ਖਾਨੇ ਤੇ, ਸਾਡੇ ਤੇ ਮਸੱਲਤ ਕਰ ਦਿੱਤੇ ਆ ਬਤਾਈ ਜੇ ਕਸਮੇ। ਉਹ ਤੂੰ ਕਿਤੇ ਰਿਆਜ਼ ਕਰਨ ਡਿਆ ਵਾ ਵੀ ਚੁੱਪ ਕਰ ਜਾ? ਮੈਂ ਕਹਿੰਦਾ ਚੁੱਪ ਕਰਕੇ ਰਹੀ, ਮੈਂ ਤੇਰੇ ਸ਼ਗਿਰਦ ਤੋਂ ਨਾ ਡਰਦਾ ਹੁੰਦਾ ਤੇ ਮੈਂ ਤੇਰੀ ਟੱਕਰ ਮਾਰ ਦੇਣੀ ਸੀ ਮੈਂ ਤੈਨੂੰ। ਓ ਹਕੀਮ ਰਾਮ ਨਾ ਬਜਾ ਇੱਥੇ। ਓ ਬੇਟੇ ਖਾ ਕੀ ਹੋ ਗਿਆ, ਤੂੰ ਤੇ ਇਦਾਂ ਕਰਦਾ, ਵੇਖਲਾ ਮੈਂ ਤੈਨੂੰ ਕੁਛ ਕਿਹਾ ਵੀ? ਉਸਤਾਦ ਮੈਂ ਲੱਤਾਂ ਲਾ ਲੈਣੀਆਂ ਉਹਦੀਆਂ ਜਿਹੜਾ ਇੱਥੇ ਤੈਨੂੰ ਕੁਛ ਕਹਿਣ ਆਇਆ। ਚਲੋ ਲੱਤਾਂ ਤੂੰ ਲਾਉਣੀਆਂ ਮਾਮਾ, ਉੱਥੇ ਤੇਰੇ ਕੋਲ ਸਮਾਨ ਲੱਤਾਂ ਨੀ, ਲੱਤਾਂ ਲਾਉਣ ਤੁਰ ਪਿਆ ਤੂੰ। ਓ ਤੂੰ ਵੀ ਚੁੱਪ ਕਰ ਜਾ। ਆ ਮਿੱਠੇ ਦਾ ਸ਼ਗਿਰਦ ਦੇਖ ਲਓ ਜੀ, ਹਾਂਜੀ ਲੱਗਦਾ 6 ਕਾਣਾ ਖੜੇ। ਓ ਮਿੱਠੇ, ਹਾਂ ਉਹ ਇਹਦੀ ਕੋਈ ਟਿੰਡ ਕਰਾ ਮੇਰੇ ਕੋਲ 2-3 ਵਾਰੀ, ਇਹਨੂੰ ਕੋਈ ਹੋਸ਼ ਆਵੇ। ਕੀ ਕਿਹੜੇ ਕਲਿਆਣ ਪਾਈ ਇਹਨੇ? ਸਰਕਾਰ ਆ ਟਿੰਡੀ ਆ, ਹੁਣ ਕਿਤੇ ਅੰਦਰੋਂ ਉਸ ਤਰ੍ਹਾਂ ਲਾਉਣਾ ਤੂੰ? ਆ ਟਿੰਡੀ ਆ ਕੀ? ਮਿੱਠੇ ਖਾ ਮਾਰਕੀਟ ਦਾ ਸੂਲਾ ਬੇਟੇ, ਚੁੱਪ ਕਰਕੇ ਕਾਰੋਬਾਰ ਕਰਨਾ, ਇੱਥੇ ਕੋਈ ਜਾਤੀ ਲੜਾਈ ਨਾ ਹੋਵੇ। ਹਾਂਜੀ, ਨਾਲੇ ਮਾਰਕੀਟ ਇਹ ਬੰਦਿਆਂ ਦੀਆਂ, ਤੂੰ ਨਾਲ ਬੋਣੇ ਲਈ ਫਿਰਨ ਡਿਆ। ਉਹ ਚੁੱਪ ਕਰ ਜਾ ਤੂੰ ਵੀ, ਇਹਨਾਂ ਨੂੰ ਛੱਡ, ਇਹ ਤਾਂ ਸਾਰੇ ਵਿਹਲੇ ਹੀ ਆ। ਇੱਧਰ ਆ, ਇੱਧਰ ਆ। ਕਿੱਥੋਂ ਖੋਲਣ ਡਿਆ ਸੀ? ਚਾਚੇ ਤਾਜ ਨੂੰ ਪੁੱਛਣ ਡਿਆ ਸੀ ਕਿੱਥੋਂ ਖੋਲਣੀ। ਉਹਦੇ ਕੋਲ ਸਾਰੀਆਂ ਕਿਤਾਬਾਂ ਕਾਨੂੰਨ ਵਾਲੀਆਂ ਵਾ, ਤੂੰ ਉਹਦੇ ਕੋਲ ਕੀ ਪੁੱਛੀ ਜਾਣ ਡਿਆ ਸੀ? ਹਰ ਕਿਤਾਬ ਆ ਮੇਰੇ ਕੋਲ, ਆ ਮਸ਼ਤਾਕ ਰੋਜ਼ਗਾਰ ਦੇ ਵਿੱਚ ਲਿਖਿਆ ਆ, ਕਿੱਦਾਂ ਖੋਲੀ ਦੀ ਆ। ਹਾਂ ਲੈ ਬਸ, ਉਹਨੇ ਰੋਜ਼ਗਾਰ ਤੇ ਵੀ ਕਿਤਾਬ ਪਾਤੀ। ਚੁੱਪ ਕਰਕੇ ਆਪਣੇ ਕੰਮ ਵੱਲ ਤਵੱਜੋ ਦਿਆ ਕਰ, ਇਹਨਾਂ ਦੇ ਮਗਰ ਹੀ ਲੱਗਣਾ ਤੂੰ, ਮੈਂ ਦੱਸਦਾ ਜੀ। ਇਹ ਮੈਂ ਕਿਹਾ ਇਮਲੀ ਭਾਜੀ, ਹਾਂਜੀ ਇੱਥੇ ਜਾਨੀ ਖਾਨ ਦਾ ਪਤਾ ਕਰੋ, ਇੱਥੇ ਕੱਲ ਨੂੰ ਆ ਕੇ ਕੋਈ ਬੰਦਾ ਮਜੂ ਨੇ ਛਿੱਤਰ ਪੌਲਾ ਨਾ ਕਰ ਜੇ। ਮੈਂ ਤਾਂ ਹੈਰਾਨ ਆ, ਪਤਾ ਨਹੀਂ ਕੀ ਕਰਦੇ ਬੈਠੇ। ਚਾਚਾ ਬੈਠਾ ਤਾਂ ਹੈਗਾ ਹੀ ਆ, ਅੱਲਾ ਮੇਰਾ ਮੈਮਰੀ ਕਾਰਡ ਇਹਦੇ ਵਿੱਚ ਸਲਾਹ ਕੇ ਫਿਲਮ ਭਰ ਦੇ। ਸਾਲਾ ਸਾਹਿਬ ਨਾ ਭਰਦੇ ਪੰਜਾਬੀ, ਇਹਦੀ ਕੀ ਸਲਵਾਰ ਕਮੀਜ਼ ਸੀਣ ਲੱਗਾ? ਉਹ ਭਾਜੀ ਇਹਨੂੰ ਕੇਸਿੰਗ ਪਵਾਉਣੀ ਆ। ਮੈਂ ਕਿਹਾ ਬੇਟੇ ਖਾਧਾ ਕੀ ਸੀ?
तू नरम कर लिया चूपनी है बांह मेरी। ये कर रहे हो पाजी रिपेयरिंग कर रहे हैं? हाँ रिपेयरिंग कर रहे हैं, मशीन सही कर रहे हैं। ये तेनू पता भी है डिजिटल आ सारी आटो आए? मैनू भी पता, मेरे शिगिरद नू भी पता वा आटो आ। ये दसण दी लोड़ नहीं, साडा आटो दे काम आ। एदी की सलवार कमीज सीन लगा? ओ पाजी इहनू केसिंग पवाउणी आ। ओए तेनू इहदा बेटे नहीं पता, तू डोंकी पंप दूजे करे करे, आटो मशीन आ इहदे कारीगर होर आ, इह पढ़े लिखे बंदे दा काम आ। हुण काम फड़ लिया साड़ा पै गया। तू तो ये काम ही फड़ लिया। सामने कहो की हाल है सुना कि चाह पिया? एक चाह दे सानू। ओ इधर तो वेखो, वाह वाह। ओ तेरा घर का पलिया गाहक नहीं आया? नहीं जी। आ यार बैठ इत्थे बस। ओ यार कलमा सैट कर लेना, तू कर ली दे बैठो। हालात भी सैट कर ला फिर। आ कर आ कलम ना मेरी असल चाह भी पी के देख लो। ओरिजिनल दूध। एक मिनट जी, सारे जरा गौर करना। जानी खान जी, ए पाजी सानू ए बारे च नहीं। की जानी खान, मेरा किराया मोड़, बल्कि मुहारा मोड़। ओए मेरी गल सुन, उठ चल जा पीछे। मैं तो होर किसे मार्केट च दुकान लब लेनी है चुप करके। चल ओ पैसे डिगे सी इथे। रिजक तुसी जमीन ते सिटन ने इना बाकियां दा दिमाग ना खराब करी। ओए खान साहबा, हकीम साहब मेरी भी दुकान लबो ना लपणे। मैं देख लिया मेरा क्लाइंट बद गया। चाचे खान इना दे कोल किराए दा मुतालबा करो। ओ नहीं हैगा। क्यों नहीं हैगा? कॉन्ट्रैक्ट होया साल साल दा। मैं कॉन्ट्रैक्ट चाचे खान लिख ते कॉन्ट्रैक्ट केस। आवे प्रताप कानून दी मशावरत मेरे नाल कर दे। सारी जिंदगी चक्की ना पीसे, तेरा किराया ना दऊं, मेनू नीवे थां बिठा दई। ओए नीर चक्की नीर, ठहर जा एक मिंट। नहीं पाजी तुसी एक गल दसो, जदों तू किराया लैंदे साडा 60,000 रुपया इकट्ठा हुंदा चाची खां? हां बिल्कुल। थानू चाहिदा साडी मार्केटिंग भी करो, अपने बड़ियां चैनलां ते जिथे तुसी बह के सारी दुनिया नू गल्लां सुनाउंदे, साडी भी दसो। हकीम ठीक हो के भतीजे तबीब फरीद खां, बेटा काम सही करो ते तेरे को गाहक आउण। हुण गाहक भी मैं लिया के देणे, इह ते रब दा काम आ। रिजक तू आप अपना बेड़ा गर्क कीता, कोई दवाई तेरे को स्वाद दी नहीं, और शेव उहनू नहीं करनी आउंदी। आ कानून दा नू पता कख नहीं। ओह वेखो मोटर नू इदां लंबे पा के बैठा जिवें ਵੱਡੇ ਭਰਾ ਦੀ ਮਸਾਜ ਕਰਨ ਦੀ। ਜਾਨੀ ਸਾਹਿਬ ਮੇਰੇ ਨਾਲ ਨਹੀਂ ਆਉਣਾ। ਨਹੀਂ ਨਹੀਂ ਇੱਕ ਵਾਰੀ ਆ ਲੈਂਦੀ, ਮੁੜ ਕੇ ਨਹੀਂ ਆਉਣਾ। ਕੀ ਗੱਲ ਹੈ? ਮੈਂ ਕਿਤੇ ਮਟਨ ਪਕਾਇਆ ਵੀ ਮੇਰਾ ਲਾਜ਼ਮੀ ਆਉਣਾ ਜਾਨੀ ਸਾਹਿਬ। ਮੇਰੇ ਕਹਿਣ ਦਾ ਮਤਲਬ ਆ ਵੀ ਮੇਰਾ ਤਾਂ ਕੰਮ ਚੱਲਣ ਡਿਆ ਵਾ, ਲਹਿਰਾਂ ਬਹਿਰਾਂ ਵਾ। ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਕੋਲ 5,000 ਐਕਸਟਰਾ ਲੈ ਕੇ ਨਾ ਆ ਚਾਚੇ ਵਾਲੀ ਜਗ੍ਹਾ ਮੈਨੂੰ ਦੇ, ਉਠਾਓ ਇੱਥੋਂ। ਚੱਲ ਵੀ ਚਾਚਾ ਆਪਣਾ ਕਾਨੂੰਨ ਲਤੀਫਾ ਚੁੱਕ ਤੇ ਨਿਕਲੇ ਤੇ ਚੱਲ। ਓਏ ਮੈਨੂੰ ਪਹਿਲਾਂ ਹੀ ਪਤਾ ਸੀਗਾ ਇਹਨੇ ਮੈਨੂੰ ਕਢਾਣਾ ਹੀ ਕਢਾਣਾ ਇੱਥੋਂ, ਮੈਂ ਤਾਂ ਪਹਿਲਾਂ ਹੀ ਦੁਕਾਨ ਲੱਭ ਲਈ ਆ। ਕਿ ਕਹਦੇ ਤੂੰ ਕਮੇਟੀ ਆ, ਤੈਨੂੰ ਕਢਾਉਣਾ ਉਹਨੇ। ਆ ਜਾਨੀ ਖਾਂ ਮੇਰੀ ਗੱਲ ਸੁਣ, ਇਹ ਜਿਹੜੇ ਸਾਨੂੰ ਤੂੰ ਮਾਰਕੀਟ ਛਾਂਗਾ ਮਾਂਗਾ ਚ ਬਣਾ ਕੇ ਦਿੱਤੀ, ਅਸੀਂ ਇਹਦੇ ਹੱਕ ਚ ਨਹੀਂ। ਕਿਉਂ ਚਾਚੇ ਖਾਂ? ਅਸੀਂ ਇਤਜਾਜ ਕਰਾਂਗੇ। ਕਰੀ ਜਾਓ ਇਤਜਾਜ ਕਰਾਂਗੇ। ਨਾ ਭਾਈ ਨਾ, ਉਹ ਨਹਾ ਕੇ ਆਇਆ ਕਰੋ। ਬਰਕਤ ਪਵੇ ਮਿੱਠੇ ਖਾਂ। ਗੱਲ ਸੁਣ, ਰੁਪਈਆ 7,000 ਹੋਰ ਤੇ ਤੈਨੂੰ ਕੀਮਤੀ ਦੁਕਾਨ ਵਿਹਲੀ ਕਰਾ ਦਿੰਦਾ। ਮੈਂ 9 ਦਊਂਗਾ, 9 ਵੀ ਦੜਾ ਇੱਥੋਂ। ਓਕੇ ਡਨ ਓਕੇ। ਹਾਂ ਵੀ ਕਿੰਨੇ ਕਿੰਨੇ ਤੁਹਾਡੇ? ਜੀ ਜੀ ਕਿੰਨੇ ਕਿੰਨੇ ਪੈਸੇ ਸੀ ਤੁਹਾਡੇ? ਕੀ ਗੱਲ ਸੀ? ਨਹੀਂ ਉਹ ਗੱਲ ਨਹੀਂ ਮੇਰੀ, ਮਤਲਬ ਇਹ ਵੀ ਜਾਨੀ ਖਾਂ ਕੋ ਗਾਹਕ ਬਾਜ਼ੀ ਨਹੀਂ ਹੋ ਰਹੀ। ਗਾਹਕ ਬਾਜ਼ੀ ਭਾਵੇਂ ਨਹੀਂ ਹੋ ਰਹੀ, ਲੇਕਿਨ ਕਿੰਨੇ ਪੈਸੇ ਚੁੱਕੋ ਤੇ ਮੈਂ ਅੱਗੋਂ ਮੈਂ ਅੱਡੇ ਦੇ ਤੇ ਕਿਰਾਏ ਤੇ। ਮੇਰੀ ਗੱਲ ਸੁਣ ਲਓ, ਇਹ ਅੱਡੇ ਫਾਏ ਨਾ ਲੈ ਕੇ ਤੇ ਮੇਰਾ ਵੀਰ, ਇੱਥੇ ਸਾਨੂੰ ਨਾ ਗਾਹਕ ਬਾਜ਼ੀ ਯਾਨੀ ਮਾਰਕੀਟਿੰਗ ਕੀਤੀ ਜਾਏ। ਹਾਲੇ ਤੈਨੂੰ ਜੁਮਾ ਜੁਮਾ 4 ਘੰਟੇ ਹੋਏ ਆ ਦੁਕਾਨ ਪਾਈ ਨੂੰ, ਠੀਕ ਆ ਵੀ ਤੂੰ ਕਿਸੇ ਨੂੰ ਦਵਾਈ ਦੇਗਾ? ਮੇਰੀ ਗੱਲ ਸੁਣ, ਇੱਥੇ ਬਹਿ। ਤੂੰ ਕਿਸੇ ਨੂੰ ਦਵਾਈ ਦੇਗਾ, ਉਹ ਉਹਨੂੰ ਰਾਮ ਆਏਗਾ, ਅੱਲਾ ਸ਼ਫਾ ਦੇਗਾ, ਉਹ ਅੱਗੋਂ 20 ਜਣਿਆਂ ਨੂੰ ਹੋਰ ਦੱਸੇਗਾ। ਹੁਣ ਇੱਥੇ ਕਿਹੜਾ ਵੀ ਇਹ ਰੋਡ ਐਕਸੀਡੈਂਟਾਂ ਦਾ ਮਸ਼ਹੂਰ ਆ ਵੀ ਉੱਥੇ ਵੱਜੀ ਜਾਣ ਤੇ ਤੇਰੇ ਕੋਲ ਆ ਕੇ ਪੱਟੀਆਂ ਕਰਾਈ ਜਾਣ। ਓਏ ਉਰੇ ਆ ਓਏ, ਉਹ ਨਾਈਆ ਉੱਥੇ ਦਾ ਸਤਾਲ ਕਿਹੜਾ ਆ? ਕੀ ਹੋਇਆ? ਹੈ ਕੀ ਹੋਇਆ ਪਹਿਲੇ ਇਹ ਦੱਸ, ਸਤਾਲ ਕਿਹੜਾ ਤੇਰਾ? ਹੋਇਆ ਕੀ ਆ? ਤੂੰ ਸਤਾਲ ਦਾ ਦੱਸ, ਹੈ ਵਾ ਤੇਰਾ ਸਤਾਲ? ਹਾਂ ਹੈ ਵਾ ਯਾਰ, ਉਹਦਾ ਸ਼ਗੀਰਦੀ ਪਾ ਦੇ ਯਾਰ, ਬੜਾ ਟੋਰੀ ਕੰਮ ਕਰਦਾ ਯਾਰ। ਲੱਖ ਲੰਨ ਤੇਰਾ ਦਿਲ ਲੱਗਾ ਵਾ, ਹਟ ਜਾ ਉੱਥੇ। ਤੂੰ ਬਾਜ਼ੀਆਂ ਦਾ ਕੰਮ ਕਰਦਾ ਸੀ ਤਾਂ ਵੀ ਕੱਖ ਨਹੀਂ ਸੀ। ਉਹ ਕੋਈ ਦਵਾਈ ਇਹਨਾਂ ਨੂੰ ਕਿਸੇ ਨੂੰ ਦੇ ਦੇ, ਇਹਨੂੰ ਦੇ, ਇਹਦਾ ਸਿਰ ਨਹੀਂ ਤਵਾ ਦੇਣ। ਠੀਕ ਕਰ ਆ ਜਿਹੜਾ ਆ ਵਕੀਲ ਕਾਨੂੰਨਦਾਨ, ਮੈਨੂੰ ਕਰੇ ਇਹਨੂੰ ਦਵਾਈ ਦੇ, ਥੋੜਾ ਸਿਹਤਮੰਦ ਹੋਵੇ, ਤੇਰੇ ਚਰਚੇ ਹੋਣਗੇ। ਹਾਂਜੀ ਤਾਰੇ ਨਜ਼ਰ ਆਉਂਦੇ, ਮੈਂ ਥੱਲੇ ਬਹਿਣਾ ਜੀ ਚੌਂਕਾਂ ਦੇ ਵਿੱਚ, ਹੋਣ ਚਰਚੇ। ਉਹ ਭਾਈ ਤਾਰੇ ਪੈਸੇ ਕਿਹਨੇ ਦੇਣੇ ਆ? ਕਾਹਦੇ ਪੈਸੇ?
काम नहीं किया तेरा यार काम चावा नहीं पीतियां दो चावा तेरे ने 60 रुपए उन्हां दे बा ठीक लो 60 रुपयां दे विच कलमा सेट कराया जे ओनू चावा दे पैसे कटा के आया ते होर की विदे भाई वाली आ मालिक भी आए खलोते आ ओनू भाई वाली है ना हां ते मैं सही लग रहे ने अच्छा तू यार सही लग रहा भावा मेरा हिस्सा भी नाल लग जाए तेरे मैंने एक गल दस तू इतने गैसट ना बुलावे ते कस ते साडी रौनक ही बोकी यार तू मेरे तो बो नहीं कर यार बै इतने लो बिस्मिल्ला लो जी इधर आ जी बैठो रोन आ जा ए हे दवाई बाजी नबज देखनी हां जी नबज ਇਤਨੇ ਨਾ ਥੋੜਾ ਜਿਹਾ ਯਾਰ ਇੱਥੇ ਕਿਹੜੀ ਨਬਜ਼ ਹੁੰਦੀ ਹੈ ਹਾਂ ਕਿੱਥੇ ਹੁੰਦੀ ਦੱਸ ਯਾਰ ਜਾਣਦੇ ਯਾਰ ਸਹੀ ਤਰ੍ਹਾਂ ਦੇਖਣੀ ਤਾਂ ਦੇਖ ਯਾਰ ਕੱਲ ਪਰਸੋਂ ਦੇ ਨਾ ਮੈਨੂੰ ਡਾਵਾ ਡੋਲ ਜੀ ਤਬੀਅਤ ਆ ਡਾਵਾ ਡੋਲ ਜੀ ਨਾ ਆਹ ਆਹ ਮੈਂ ਕਿ ਬੇਟੇ ਖਾਦਾ ਕੀ ਸੀ ਤੂੰ ਨਰਮ ਕਰਨ ਲਿਆ ਚੂਪਣੀ ਆ ਬਾਹ ਮੇਰੀ ਮੈਂ ਪੁੱਛ ਰਿਹਾ ਵੀ ਖਾਦਾ ਕੀ ਸੀ ਖਾਦਾ ਮੈਂ ਇੱਕ ਬੰਦੇ ਨੂੰ ਦੁਕਾਨ ਕਿਰਾਏ ਤੇ ਦਿੱਤੀ ਸੀ ਹਕੀਮ ਨੂੰ ਉਹਦਾ 30,000 ਐਡਵਾਂਸ ਸੀ ਉਹ ਖਾਦਾ ਮੈਂ ਖਾ ਗਿਆ ਖਾ ਗਿਆ ਤਿੰਨ ਵਜੇ ਫਿਰ ਤੂੰ ਚੈੱਕ ਕਰ ਬੇਟੇ 30,000 ਖਵਾ ਕੇ ਬੈਠਾ ਐਸੇ ਵੇਖੇ ਕੀ ਹੋਇਆ ਇੱਕ ਮਿੰਟ ਆ ਜਾ ਕੋਈ ਵੱਡੀ ਬਿਮਾਰੀ ਲੱਗ ਗਈ ਮੈਨੂੰ ਕੀ ਬਾਬਾ ਨੇ ਨਹੀਂ ਖਾ ਹਿੱਲੀ ਨਾ ਹਿੱਲੀ ਨਾ ਹਿੱਲੀ ਨਾ ਹਿੱਲੀ ਨਾ ਓਹੋ ਬਈ ਮੈਨੂੰ ਵਾਕਿਆ ਖਾ ਕੇ ਦੇ ਰਜੇ ਆਉਣ ਡਿਆ ਤੇਰੇ ਕੋ ਸਰਫੂਫੇ ਬਲਗਰੀ ਹੈਗੀ ਆ ਸਰਫੂਫੇ ਬਲਗਰੀ ਹਾਂ ਹਾਂ ਇਹ ਮਜੂ ਨੇ ਤਲਵੰਡੀ ਦੀ ਭੈਣ ਜਿਹੜੀ ਹੈ ਹਾਂ ਹੈਗੀ ਆ ਉਹ ਚਿੱਟੀ ਜੀ ਹੁੰਦੀ ਹੈ ਨਸਵਾਰੀ ਰੰਗ ਦੀ ਉਹ ਜਿਹੜੀ ਡੋਡੇ ਹੁੰਦੇ ਬਰੀਕ ਜਿਹੇ ਹਾਂ ਉਹਦੀਆਂ ਤਿੰਨ ਪੁੜੀਆਂ ਬਣਾ ਹਾਂਜੀ ਤੇ ਉੱਥੇ ਸਿੱਟ ਦੇ ਉਹੀ ਘਾ ਕਿੰਨਾ ਸੋਹਣਾ ਐ ਜਾਨੀ ਮੇਰੇ ਸ਼ੁਗਰ ਨਾ ਕਰਿਆ ਕਰ ਮੇਰੇ ਜਾ ਕੇ ਘਾ ਖਾ ਤਾ 30,000 ਰੁਪਇਆ ਮੇਰਾ ਦੇ ਮੈਨੂੰ ਜੇ ਬਹਿ ਜਾ ਤੈਨੂੰ ਸ਼ਾਇਰੀ ਦਾ ਸ਼ੌਕ ਹੈ ਹਾਂਜੀ ਜੇ ਇੱਕ ਚਿੰਨ ਸ਼ਾਇਰ ਅੱਜ ਮਨੋਰੰਜਨ ਕਰਾ ਦੇ ਸ਼ਾਇਰ ਨਾਲ ਮਿਲਾ ਕੇ ਹਾਂ ਬੜਾ ਅੱਛਾ ਸ਼ਾਇਰ ਬੜੇ ਅੱਛੇ ਗਾਣੇ ਲਿਖੇ ਉਹਨੇ ਸੱਚੀ ਨੁੱਚੀ ਹਾਂ ਗੈਸਟ ਆ ਰਿਹਾ ਆਪਣਾ ਮੈਨੂੰ ਵੀ ਮੌਕਾ ਦੇਗਾ ਮੈਨੂੰ ਮੈਂ ਵੀ ਹਾਂ ਤੂੰ ਵੀ ਲੈ ਬੇਟੇ ਬੈਠੇ ਤੈਨੂੰ ਤਾਂ ਮੌਕਾ ਦੇਣਾ ਜਾਨੀ ਸਾਹਿਬ ਅੱਜ ਦਿਹਾੜੀ ਬੜੀ ਅੱਛੀ ਲੱਗੀ ਆ ਬੜਾ ਲਾਦਾ ਕਰਮ ਆ ਤੁਹਾਡੇ ਲਈ ਕੋਈ ਛੋਟਾ ਜਿਹਾ ਗਿਫਟ ਹੈ ਬਿਸਮਿਲਲਾ ਜਾ ਇਧਰੋਂ ਦੀ ਆ ਇਧਰੋਂ ਦੀ ਆ ਉਹ ਸਾਡੇ ਮਾਲਕਾ ਮਾਰਕੀਟ ਦੇ ਇਹ ਦੇ ਕੇ ਆ ਉਹਨੂੰ ਗਿਫਟ ਜਾ ਯਾਰ ਫਿੱਟ ਤੇ ਕਰਕੇ ਦੇ ਇਹ ਫਿੱਟ ਤੁਸੀਂ ਆਪ ਕਰ ਰਹੇ ਆ ਜੀ ਤੂੰ ਵੀ ਕੋਈ ਗੱਲ ਕਰ ਲਾ ਤੂੰ ਆਪਣੇ ਕਾਨੂੰਨ ਚ ਬਣੇ ਆ ਉਹ ਮਾ ਕੇ ਸੋਲਫ ਕਰਦਾ ਫਿੱਟਾ ਆ ਤੇ ਯਾਰ ਤੇਰਾ ਤੇ ਕਾਨੂੰਨ ਹੀ ਸਫੇਦ ਹੋ ਗਿਆ ਓ ਯਾਰ ਜਾਨੀ ਪਾਈ ਇਦਾਂ ਹੀ ਕਰਦਾ ਵਾ ਜਾਂ ਕੇਸ ਇਕੱਠੇ ਕਰਦਾ ਜਾਂ ਕੂੜਾ ਇਕੱਠਾ ਕਰਦਾ ਪਾਜੀ ਸ਼ਾਇਰ ਆ ਰਹੇ ਨੇ ਫੈਸਲਾਬਾਦ ਦੇ ਬਹੁਤ ਆਲਾ ਅੱਛਾ ਜੀ ਦੱਸ ਦੇ ਨੌ ਨੌ ਨਹੀਂ ਸਰਪ੍ਰਾਈਜ਼ ਸਰਪ੍ਰਾਈਜ਼ ਅੱਛਾ ਠੀਕ ਆ ਜੀ ਸ਼ਾਇਰ ਆ ਰਹੇ ਨੇ ਬਹੁਤ ਅੱਛੇ ਅੱਛਾ ਜੀ ਤਮੀਜ਼ ਦੇ ਨਾਲ ਹਾਂਜੀ ਮਜ਼ੇ ਕਰਾਂਗੇ ਉਹਨਾਂ ਦੇ ਨਾਲ ਸ਼ੁਗਰ ਮੇਲਾ ਲਾਵਾਂਗੇ ਬਾਜੀ ਠੀਕ ਆ ਤੈਨੂੰ ਮੈਂ ਰਾਜ਼ੀ ਰੱਖਣਾ ਕੀਮਾ ਮੈਨੂੰ ਪਤਾ ਵਾ ਕਿ ਹਾਲਾਤ ਮਾੜੇ ਨੇ ਕੰਮਾਂ ਕਾਰਾਂ ਦੇ ਹਾਲਾਤ ਨਹੀਂ ਹੈਗੇ ਇਹਨਾਂ ਦੇ ਠੀਕ ਆ ਤਾਂ ਤੈਨੂੰ ਇਹ ਤਰ੍ਹਾਂ ਐਂਟਰਟੇਨਮੈਂਟ ਕਰਾਵਾਂਗਾ ਮੈਂ ਜ਼ਰਾ ਕੁਛ ਸ਼ਾਇਰੀ ਬੋਲੀਆਂ ਹਾਂਜੀ ਤਮੀਜ਼ ਨਾਲ ਬਤਮੀਜ਼ੀ ਤਮੀਜ਼ ਨਾਲ ਬੇਟੇ ਤਮੀਜ਼ ਨਾਲ ਗੱਲ ਕਰਨੀ ਠੀਕ ਆ ਠੀਕ ਆ ਜੀ ਠੀਕ ਉਹ ਯਾਰ ਬੇਵਕੂਫਾ ਤੂੰ ਫੋਨ ਕਰਕੇ ਗਾਹਕਾਂ ਨੂੰ ਬੁਲਾ ਨਾਈਆਂ ਤੇ ਹਕੀਮ ਖਾਂ ਨਾਈਆਂ ਤੇ ਗਾਹਕ ਲੱਗੇ ਹੁੰਦੇ ਪੱਕੇ ਫੋਨ ਕਰ ਉਹਨੂੰ ਕਿ ਭਾਜੀ ਮੈਂ ਇੱਥੇ ਆ ਗਿਆ ਸ਼ਾਇਰ ਆ ਰਿਹਾ ਸ਼ਾਇਰ ਹਾਂਜੀ ਸ਼ਾਇਰ ਆ ਰਿਹਾ ਕੋਈ ਮੇਰੇ ਤੇ ਕੋਈ ਸ਼ਾਇਰੀ ਅੱਛੀ ਹੋ ਸਕਦੀ ਕੋ ਹੁਸਨ ਤੇ ਮੇਰੇ ਕੋਈ ਸਟਾਈਲ ਹਾਂ ਹਾਂ ਕਰਨਗੇ ਬਹੁਤ ਅੱਛੀ ਕਰਨਗੇ ਮੇਰੇ ਬਾਰੇ ਹਾਂ ਮੈਂ ਕਹਿੰਦਾ ਥੈਂਕ ਯੂ ਛੱਡ ਦੇ ਤੂੰ ਥੈਂਕ ਯੂ ਸਰ ਥੈਂਕ ਯੂ ਜਾਨੀ ਸਾਹਿਬ ਜਿਹੜੇ ਵੀ ਸ਼ਾਇਰ ਆਉਣ ਡਿਆ ਮੈਨੂੰ ਦੱਸ ਦੇਣਾ ਵੀ ਇਹਨਾਂ ਚੋਂ ਕਿਹੜੇ ਇਹਨਾਂ ਨੂੰ ਗਿਫਟ ਕਰਾਂ ਜਿਹੜੀ ਮਰਜ਼ੀ ਇਹਨਾਂ ਨੂੰ ਕਰ ਲੱਖ ਲਾਣਾ ਤੇਰੀ ਜ਼ਿੰਦਗੀ ਤੇ ਮਾਰ ਕੇ ਤੇਰੇ ਮੈਂ ਦੰਦ ਬਾਹਰ ਕੱਢਦੇ ਆ ਉਹ ਤੈਨੂੰ ਸ਼ਰਮ ਹਜ਼ਾ ਹੈ ਫਿਰ ਉਹ ਤੇ ਲੱਕ ਤੇ ਕੋਈ ਕੋਬ ਟੈਪ ਬਲਬ ਹੀ ਲਵਾ ਦੇ ਤੂੰ 2.5 ਫੁੱਟ ਦਾ ਸਪੀਡ ਬ੍ਰੇਕਰ ਬਣਾ ਕੇ ਬੈਠਾ ਰਸਤੇ ਮਰੇ ਪਤਾ ਨਹੀਂ ਇੱਥੇ ਓਏ ਰਸਤੇ ਦੇ ਵਿੱਚ ਟੋਕੇ ਨੂੰ ਉੱਠ ਰਸਤੇ ਤੇ ਟੋਕੇ ਨੂੰ ਉੱਠ ਰੱਖ ਯਾਦ ਲੈ ਲੈ ਇਹਨੂੰ ਕਹਿ ਜਾ ਇੱਥੇ ਰੱਖ ਜਾ ਇੱਥੇ ਰੱਖ ਇਹ ਭਾਜੀ ਰਾਹਦਾਰੀ ਆ ਜੇ ਅੱਲਾ ਨੇ ਮਸਾ ਮਸਾ ਕੰਮ ਦਿੱਤਾ ਤੇ ਹੁਣ ਉਹ ਨਾ ਕਰੋ ਵੀ ਸਾਡੇ ਨਾਲ ਤੇ ਉੱਥੇ ਅੱਗੇ ਰੱਖਣਾ ਤੇਰੇ ਕੋਲ ਜਗ੍ਹਾ ਹੈਗੀ ਤੂੰ ਆ ਰਸਤਾ ਕਾ ਤੂੰ ਰੋਕਿਆ ਤੂੰ ਉਹ ਰਸਤਾ ਕਿਤੇ ਇਹ ਬੜਾ ਕਿਤੇ ਮੋਟਰ ਵੇ ਤੇ ਮਸ਼ੀਨ ਖੋਲੀ ਅਸੀਂ ਆ ਯਾਰ ਇਹ ਜਾਨੀ ਖਾਂ ਮੈਂ ਫਿਰ ਪੁੜੀਆਂ ਤਿਆਰ ਕਰਾਂ ਫਿਰ ਸ਼ਾਇਰ ਲਈ ਕੀ ਤਿਆਰ ਕਰਾਂ ਮੈਂ ਪੁੜੀਆਂ ਦੀ ਗੱਲ ਕੀਤੀ ਅੱਛਾ ਪੁੜੀਆਂ ਮੈਂ ਕਿਹਾ ਪਤਾ ਨਹੀਂ ਪੇ ਤਾਂ ਤੇਰਾ ਭਰਮੀ ਕਿਆ ਕਰ ਲੈ ਮੈਂ ਲੈ ਕੇ ਆ ਰਿਹਾ ਸ਼ਾਇਰ ਨੂੰ ਆ ਜਾਓ ਹਾਂਜੀ ਉਹ ਮਿੱਠੇ ਹਾਂਜੀ ਆ ਫੜੀ ਓਏ ਬਹੁਤ ਅੱਛੇ ਜਾਨੀ ਬਾਦਸ਼ਾਹ ਬਹੁਤ ਅੱਛੇ ਗੱਡੀ ਤੂੰ ਲੈ ਟਾਇਰ ਮੈਂ ਪਵਾਉਣੀ ਹੈ ਨਹੀਂ ਟਾਇਰ ਬਹੁਤ ਮਹਿੰਗੇ ਤੇਲ ਤੇ ਰੱਖੋ ਗੱਲ
सौ तो भी ज्यादा कितनी देर इंच एक दिन च सौ तो ज्यादा गाने लेना ओए बंद करो कैमरे कुमरे यार ओ यार चलिए यार हो सकता जो हर्ष अगले को मंगानी गड्डी भी तू लिया तेल भी तू लिया आप लिखना ही है बस फिर ले जी नादरीन गेस्ट वाले सेगमेंट में आ गए हम है ना तुझे देख रहे मैं गेस्ट वाले देख रहे बुझो कौन हर घर की जरूरत आ मेरा गेस्ट आयोडीन मिला मेहमान बुलाया है हर घर की जरूरत आपने गाना सुना होगा कि हंजू अखियां दे वेड़े च पाउंदे ने धमाला वो इनका इन्होंने नहीं लिखा इन्होंने जो लिखा है गाना बहुत से गाने हैं लेकिन जो आपने सुना है वो है कि प्लीज कार यू व्हीकल्स का आप इंतजाम करें हाँ, और फ्यूल एंड पेट्रोल मैनेज आई विल मैनेज गड्डी तू मंगा ला तेल मैं पवानी है जनाब एमएस आबद साहब वाह 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 भाजी गल पता की है जिदना मैनू बहुत प्यार हुंदा ना उहदे नाल मैं थोड़ा जिहा मजाक करदा वां कुछ लोग समझदे ने कि यार बदतमीजी करता है जुगता लेकिन नहीं मैं उहदे नाल करदा जिदना मैनू दिलों मुहब्बत हुंदी है मैना किन्नी तुहानू पता नहीं लगी हले अच्छा तुसीं गाना लिखिया गड्डी तू मंगा लै तेल मैं पवाउनी आ ਤੁਹਾਨੂੰ ਕਿੱਥੋਂ ਇਹ ਖਬਰ ਮਿਲੀ ਕਿ ਅੱਜ ਕੱਲ੍ਹ ਦੇ ਆਸ਼ਕ ਬਹੁਤ ਮਾੜੇ ਨੇ ਵਿਚਾਰੇ ਜੇਬ ਖਰਚ ਹੈ ਨਹੀਂ ਇਹਨਾਂ ਕੋਲ ਅਤੇ ਅੱਗੋਂ ਜਿਹੜੀ ਵਿਚਾਰੀਆਂ ਕਈ ਕੁੜੀਆਂ ਨੇ ਪੈਸੇ ਪੂਹੇ ਜੋੜੇ ਹੁੰਦੇ ਨੇ ਖਰਚਾ ਖੁਰਚਾ ਉਹਨਾਂ ਨੇ ਕਿੱਥੇ ਖਰਚਣੇ ਨੇ ਅਤੇ ਉਹ ਫਿਰ ਵੀ ਗੱਡੀ ਤੂੰ ਮੰਗਾ ਲਾ ਤੇਲ ਮੈਂ ਔਰ ਤੁਸੀਂ ਲਿਖਿਆ ਵੀ ਇੱਕ ਫੀਮੇਲ ਦੀ ਤਰਫੋਂ ਆ ਯਾਨੀ ਇੱਕ ਕੁੜੀ ਕਹਿ ਰਹੀ ਹੈ ਵੀ ਗੱਡੀ ਤੂੰ ਮੰਗਾ ਲਾ ਤੇਲ ਮੈਂ ਪਵਾਉਂਦੀ ਹਾਂ ਅਤੇ ਅੱਗੇ ਕੀ ਸੀ ਜੇ ਮੈਂ ਤੇਰੇ ਨਾਲ ਰਹਾਂ ਤਾਂ ਮੇਰਾ ਵੀ ਹਾਏ ਮੈਨੂੰ ਆਉਂਦਾ ਸੀ ਪਰ ਮੈਂ ਤੁਹਾਨੂੰ ਵੀ ਤਾਂ ਬੁਲਾਉਣਾ ਸੀ ਨਾ ਹੁਣ ਲਖਵਿੰਦਰ ਬੁਰਾਲੀ ਸਾਹਿਬ ਦਾ ਮਸਤ ਨਜ਼ਰੋਂ ਸੇ ਜਿਸਕਾ ਪੜਾ ਵਾਸਤਾ ਉਹ ਬੜਾ ਹਿੱਟ ਗਿਆ ਤਕਰੀਬਨ 63 ਮਿਲੀਅਨ ਹੋ ਗਿਆ ਹੁਣ ਵਿਊਜ਼ ਇੱਕ ਲਖਵਿੰਦਰ ਬੁਰਾਲੀ ਸਾਹਿਬ ਦਾ ਅੱਜ ਕੱਲ੍ਹ ਬੜਾ ਹਿੱਟ ਗਾਣਾ ਵਾ ਅਗਰ ਤੁਮ ਬੇਨਕਾਬ ਆਓ ਕਿਆਮਤ ਕੀ ਗੜੀ ਹੋਗੀ ਵਾਹ 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 ਇਹ ਵੀ ਬਹੁਤ ਜ਼ਬਰਦਸਤ ਗਿਆ ਉਸ ਤੋਂ ਇਲਾਵਾ ਬਦਰਮੀਆਂ ਦਾਸ ਸਾਹਿਬ ਦਾ ਇੱਕ ਵਿਛੜ ਜਾਵੇ ਯਾਰ ਤੇ ਪੀਣੀ ਪੈਂਦੀ ਹੈ ਹਾਂ ਵਿਛੜ ਜਾਵੇ ਜੇ ਯਾਰ ਤੇ ਪੀਣੀ ਵਾਹ ਵਾਹ ਔਰ ਉਸ ਤੋਂ ਇਲਾਵਾ ਉਸਤਾਦ ਰਾਹਤ ਫਤਿਹ ਅਲੀ ਖਾਨ ਨੇ ਤਕਰੀਬਨ ਮੇਰੀਆਂ ਕੋਈ 40-45 ਚੀਜ਼ਾਂ ਗਾਈਆਂ ਜਿਹਦੇ ਵਿੱਚ ਨੱਚ ਹੈਦਰੀ ਮਲੰਗਾ ਕਸੀਦਾ ਬੜਾ ਹਿੱਟ ਗਿਆ ਫਿਰ ਕਾਬੇ ਵਾਲੀ ਗਲੀ ਵਿੱਚ ਯਾਰ ਦਾ ਤੁਸੀਂ ਸ਼ਾਇਰੀ ਨੂੰ ਚੀਜ਼ਾਂ ਕਹਿੰਦੇ ਹੋ ਇਹ ਕੀ ਗੱਲ ਹੋਈ ਐਟਮ ਮਸਲ ਹਾਂ ਮੇਰੇ ਲਿਖੀਆਂ ਮੇਰੀਆਂ ਲਿਖੀਆਂ ਉਹਨਾਂ ਨੇ ਚੀਜ਼ਾਂ ਚੀਜ਼ਾਂ ਤੇ ਮੇਰੇ ਖਿਆਲ ਉਹਨੂੰ ਕਹਿੰਦੇ ਜਿਹਦਾ ਵਜੂਦ ਹੁੰਦਾ ਕਿਸੇ ਚੀਜ਼ ਦਾ ਸ਼ਾਇਰੀ ਤੋਂ ਵੱਡਾ ਕਿਹੜੀ ਚੀਜ਼ ਦਾ ਵਜੂਦ ਹੋਣਾ ਵਾਹ ਵਾਹ ਕੀ ਬਾਤ ਆ ਸ਼ਾਇਰੀ ਦਾ ਵੀ ਇੱਕ ਵਜੂਦ ਹੁੰਦਾ ਸਹੀ ਗੱਲ ਬਹੁਤ 40-45 ਰਾਹਤ ਸਾਹਿਬ ਨੇ ਹਾਂਜੀ ਮਜ਼ੀਦ ਰਾਹਤ ਸਾਹਿਬ ਨੇ ਹੁਣ ਕੀਤੇ 8 ਗਾਣੇ ਕੀਤੇ ਆ ਇਨਸ਼ਾਅੱਲਾ ਤਾਲਾ ਉਹ ਵੀ ਜਲਦੀ ਰਿਲੀਜ਼ ਹੋ ਕੋਈ ਉਹਨਾਂ 'ਚੋਂ 2-4 ਦੱਸੋ ਕੋਈ ਨਹੀਂ ਉਹ ਇੱਦਾਂ ਮੈਂ ਦੱਸ ਨਹੀਂ ਨਾ ਸਕਦਾ ਹਲੇ ਆਏ ਨਹੀਂ 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 ਜਿਹੜੇ ਉਹਨਾਂ ਨੇ ਗਾਤੇ ਨੇ ਜਿਹੜੇ ਪਹਿਲੇ ਜਿਹੜੇ ਉਹਨਾਂ ਨੇ ਗਾਏ ਆ ਸਦਾ ਰਹਿਣਾ ਨਾਮ ਰੱਬ ਦਾ ਇੱਕ ਵਾਲੀ ਬਹੁਤ ਹਿੱਟ ਸਦਾ ਰਹਿਣਾ ਨਾਮ ਰੱਬ ਦਾ ਦੋ ਦਿਨ ਦੀ ਇਹ ਜ਼ਿੰਦਗਾਨੀ ਅਤੇ ਸਦਾ ਰਹਿਣਾ ਨਾਮ ਰੱਬ ਦਾ ਓਕੇ ਫਿਰ ਉਹਨਾਂ ਦਾ ਇੱਕ ਬਹੁਤ ਅੱਛਾ ਗੀਤ ਸੀ ਸ਼ਰਾਬੀ ਸ਼ਾਇਦ ਤੁਸੀਂ ਸੁਣਿਆ ਹੋਵੇ ਆਪਣਾ ਸਾਕੀਆ ਮੈਂ ਆਖਿਆ ਸੀ ਹੱਥ ਤੇਰਾ ਰੁਕੇ ਨਾ ਹਾਂ ਮੁੱਕ ਗਈ ਸ਼ਰਾਬ ਤੇਰੀ ਦੁੱਖ ਮੇਰੇ ਮੌਕੇ ਨਾ ਵਾਹ 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 ਫਿਰ ਇੱਕ ਰਾਤਾਂ ਦੇ ਜਗਰਾਤੇ ਕੱਟਣੇ ਪੈ ਗਏ ਨੇ ਇਹ ਵੀ ਬੜਾ ਹਿੱਟ ਗਾਣਾ ਸੀ ਉਸ ਤੋਂ ਇਲਾਵਾ ਕਵਾਲੀਆਂ ਬਹੁਤ ਸਾਰੀਆਂ ਕੋਈ ਦਾਤਾ ਸਾਹਿਬ ਕੋਈ ਬਾਬਾ ਸਾਹਿਬ ਅੱਛਾ ਨਾਦਰੀਨ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਮੈਂ ਜਦੋਂ ਛੋਟਾ ਜਿਹਾ ਸੀ ਨਾ ਕੁਛ 17-18 ਸਾਲ ਦਾ ਅਤੇ ਉਦੋਂ ਸਾਡੀ ਉਹ ਬੱਟ ਅਤੇ ਪੱਟੀ ਫਿਲਮ ਹੈ ਫਰੀਦਖਾ ਨਵੀਂ ਨਵੀਂ ਫਿਲਮ ਆਈ ਅਤੇ ਫਿਲਮ ਤੋਂ ਬਾਅਦ ਨਾ ਮੈਨੂੰ ਗਾਣੇ ਦਾ ਮੈਨੂੰ ਸ਼ੌਕ ਸੀ ਮੈਂ ਕਿਹਾ ਯਾਰ ਮੈਂ ਪੈਰੋਡੀ ਐਲਬਮ ਕਰਦਾ ਕੋਈ ਆਪਣਾ ਨਾ ਗਾਣਿਆਂ ਦਾ ਅਤੇ ਮੇਰੇ ਇੱਕ ਬੜੇ ਅੱਛੇ ਦੋਸਤ ਸੀ ਕਾਰੀ ਨਵੀਂ ਚਿਸ਼ਤੀ ਸਾਹਿਬ ਹੈ ਵੀ ਨੇ ਹਾਲੇ ਵੀ ਅੱਲਾ ਉਹਨਾਂ ਦੀ ਸਿਹਤ ਤੰਦਰੁਸਤੀ ਦੇਵੇ ਉਹਨਾਂ ਨੂੰ ਮੈਂ ਕਿਹਾ ਯਾਰ ਪੱਟੀ ਮਤਲਬ ਅਸੀਂ ਇੱਕ ਦੂਜੇ ਨੂੰ ਪੱਟੀ ਕਹਿੰਦੇ ਸਾਂ ਸਾਰੇ ਹੀ ਪੱਟੀ ਕੋਈ ਨਹੀਂ ਸੀ ਲੇਕਿਨ ਕਹਿਣ ਇੱਕ ਐਵੇਂ ਉਹ ਕੀ ਉਹਨੂੰ ਕਹਿੰਦੇ ਨੇ ਉਹ ਜਿਹੜਾ ਬਣ ਜਾਂਦਾ ਗਲਤ ਉਲਾਮ ਜੀ ਮਤਲਬ ਚਲੋ ਕੋਈ ਗੱਲ ਨਹੀਂ ਠੀਕ ਹੈ ਅਤੇ ਉਹ ਮੈਂ ਕਿਹਾ ਯਾਰ ਮੈਂ ਲਿਖਣੇ ਆ ਗਾਣੇ ਅਤੇ ਇਹ ਤਰਜ਼ਾਂ ਮੇਰੇ ਕੋਲ ਆਏ ਨੇ ਜਿਹੜੀਆਂ ਆਮ ਤਰਜ਼ਾਂ ਮਸ਼ਹੂਰ ਸੀ ਉਹਨਾਂ ਦੇ ਉੱਪਰ ਸ਼ਾਇਰੀ ਚੇਂਜ ਕਰਾ ਕੇ ਨਾ ਪੈਰੋਡੀ ਲਿਖਣੀ ਹੈ ਉਹ ਪਹਿਲੀ ਦਫਾ ਮੈਨੂੰ ਆਬਦ ਸਾਹਿਬ ਕੋਲ ਲੈ ਕੇ ਗਏ ਫਿਰ ਆਬਦ ਸਾਹਿਬ ਨੇ ਕਿਹਾ ਕੋਈ ਮਸਲਾ ਨਹੀਂ ਅੱਛਾ ਰਹਿਮ ਦਿਲ ਮੈਂ ਕਿਉਂ ਕਿਹਾ ਸੀ ਇਹ ਵੀ ਤੁਹਾਨੂੰ ਦੱਸਣ ਲੱਗਾ ਰਹਿਮ ਦਿਲ ਇਸ ਤੋਂ ਕਿਹਾ ਸੀ ਕਿ
जिदा रफ़ी साहब के बारे में बड़ा मशहूर है ना कि रफ़ी साहब ने गाना गाया तो किसी ने पैसे दिते ठीक है नहीं भी दिते तो कोई गल नहीं जे किसी म्यूजिक डायरेक्टर ने कहता रफ़ी साहब बजट नहीं है तो उन्होंने कहा कोई बात नहीं उन्होंने फिर भी गाता ये भैन उन्होंने तुम दे दौ ठीक है नाम भी दौ तो कोई नहीं तो चाह भी कोलों पी के आ जाओ भावें काम करा के इदा की तबीयत है माशाल्लाह भाजी ठीक तो वो जनाब जी मैं रोज़ रात को ना आबद साहब के घर बैठक बैठ जाना सी दो तीन जने ने हुण असीं गाने लिख रहे हैं उन्होंने दो तीन गाने बड़ा एक मशहूर भी होया मुक जाना सौ वाला कार्ड छेती छेती मेरा सुनया सी मुक जाना मुक जाना सौ वाला कार्ड छेती छेती क्यों जी शरीकां उत्ते आलू रखना नवी लैके करोला शरीकां उत्ते आलू रखना नवी लैके करोला कार शरीकां उत्ते आलू रख ए भी सी वाह वाह ये पूरा एल्बम रिलीज़ होया सी बकायदा तौर दे केसड़ च ते उस तो बाद फिर हूँ इस गल नूं मेरा ख्याल उदो मैं 18-19 साल का ही 4-5 साल हो गए इस गल नूं हाँ जी हाँ जी नहीं 24-25 साल हो गए पाकिस्तान बनने तो 2 साल पहले दी गल मैं कर रहा ਇਹ ਫਿਰ ਸਾਡੇ ਐਲਬਮ ਤੋਂ ਬਾਅਦ ਕਿਤੇ ਬਣਿਆ ਹਾਂਜੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਬਣ ਗਿਆ ਹਾਂ ਇੱਕ ਤਾਂ ਹਨੇਰੇ ਜੀ ਬਣ ਗਿਆ ਮੈਂ ਲੈ ਅੱਛਾ ਇਹ ਦੱਸੋ ਆਬਦ ਸਾਹਿਬ ਓਏ ਸ਼ਟ ਅਪ ਆਬਦ ਸਾਹਿਬ ਇਹ ਦੱਸੋ ਕਿ ਤੁਸੀਂ ਬਿਜ਼ਨਸ ਕਰਦੇ ਹੋ ਇੱਕ ਟਾਇਰਾਂ ਦਾ ਗੱਡੀ ਦੇ ਟਾਇਰ ਨਵੇਂ ਕਈ ਵਾਰੀ ਇਸ ਤਰ੍ਹਾਂ ਆਇਆ ਕਿ ਮੈਂ ਤੁਹਾਡੇ ਕੋਲ ਇਹਨਾਂ ਕੋਲ ਟਾਇਰ ਬਦਲਾਉਣ ਜਾਓ ਨਾ ਅਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਠਹਿਰ ਜਾ ਇਹ ਤੈਨੂੰ ਮੈਂ ਲੱਭ ਕੇ ਦੇਣਾ ਕੋਈ ਉਹਨੇ ਪੂਰੀ ਮਾਰਕੀਟ ਭਾਈ ਨੇ ਫਿਰਨੀ ਮੁੰਡਿਆਂ ਨੂੰ ਭੇਜਣਾ ਕਿਸੇ ਕੋਈ ਐਸੇ 4 ਟਾਇਰ ਜਿਹੜੇ ਸਸਤੇ ਮਿਲ ਜਾਣ ਉਹ ਭਾਈ ਇਹਨਾਂ ਨੇ ਪਾ ਦੇਣੇ ਨੇ ਯਾਨੀ ਜਿਹੜੇ ਮੈਂ ਕਹਿ ਰਿਹਾ ਨਾ ਕਿ 1,00,000 ਰੁਪਏ ਦੇ ਟਾਇਰ ਪਾ ਦੇ ਉਹ ਮੇਰੇ ਨੇ 30,000 ਰੁਪਏ ਦੇ ਪਵਾ ਦੇਣੇ ਨੇ ਵਾਹ ਵਾਹ ਯਕੀਨ ਕਰੋ ਇਸ ਤੋਂ ਮੈਂ ਕਹਿ ਰਿਹਾ ਸੀ ਕਿ ਬੜੇ ਰਹਿਮ ਦਿਲ ਨੇ ਭਾਜੀ ਟਾਇਰ ਹੋਵੇ ਜੀ ਟਾਇਰ ਹੋਵੇ ਬੜੀ ਵਾਹ ਵਾਹ ਬੜੀ ਬਾਤ ਹੈ ਜੀ ਬੜੀ ਬਾਤ ਸਟਪਣੀਆਂ ਮਾਨੋ ਵਾਹ ਵਾਹ ਹਾਂ ਵਾਹ ਵਾਹ ਤੇ ਆਬ ਸਾਹਿਬ ਇਹ ਦੱਸੋ ਕਿ ਗਾਣੇ ਇੰਨੇ ਲਿਖੇ ਨੇ ਸ਼ਾਇਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ ਅਤੇ ਬੜੇ ਸ਼ਾਇਰਾਂ ਦੇ ਨਾਮ ਹੋ ਜਾਂਦੇ ਨੇ ਮਤਲਬ ਸ਼ਾਇਰਾਂ ਦਾ ਕੋਈ ਮਾੜੀ ਜਿਹੀ ਵੀ ਆਈਟਮ ਹਿੱਟ ਹੋ ਜਾਵੇ ਇੱਕ ਗਾਣੇ ਹਿੱਟ ਹੋ ਜਾਵੇ ਅਤੇ ਉਹ ਪੂਰਾ ਟੀਵੀਆਂ 'ਤੇ ਆ ਕੇ ਰੇਡੀਓ 'ਤੇ ਟੀਵੀਆਂ 'ਤੇ ਆ ਕੇ ਦੱਸ ਜੀ ਮੈਂ ਅਤੇ ਇੰਨੇ ਗਾਣੇ ਟੋਟਲ ਕਿੰਨੇ ਕੁ ਗਾਣੇ ਲਿਖੇ ਨੇ ਹੁਣ ਤੱਕ ਗਾਣੇ ਤਾਂ ਤਕਰੀਬਨ ਜਿਹੜੇ ਰਿਕਾਰਡ ਹੋਏ ਹੋਣੇ 1,000 ਤੋਂ ਉੱਤੇ ਹੀ ਹੋਣਾ 1,000 ਗਾਣਾ ਤੁਸੀਂ ਲਿਖਤਾ ਇਸ ਤੋਂ ਉੱਤੇ ਹੋਣਾ ਨਹੀਂ ਭਾਅ ਇਹ ਤੁਸੀਂ ਕਿਤੋਂ ਵੇਖ ਕੇ ਲਿਖਦੇ ਹੋ ਲਾ ਲਿਆ ਸਾਹਿਬ ਇੰਨੇ ਗਾਣੇ ਲਿਖੇ ਨਹੀਂ ਜਾ ਸਕਦੇ ਹਾਲੇ ਤੱਕ ਮੇਰਾ ਖਿਆਲ ਕੋਈ 8-10,000 ਉਹ ਗਾਣਾ ਹੋਣਾ ਜਿਹੜਾ ਕਿਸੇ ਨੂੰ ਦਿੱਤਾ ਨਹੀਂ ਟਾਈਮ ਲਿਖਿਆ ਪਿਆ ਤੇ ਟਾਇਰ ਵਾਲੀ ਦੁਕਾਨ ਕੌਣ ਚਲਾ ਰਿਹਾ ਜੀ ਅੱਲਾ ਰੱਬ ਚਲਾ ਰਿਹਾ ਬੜੀ ਗੱਲ ਹੈ ਜੀ ਬੜੀ ਗੱਲ ਹੈ ਮਾਸ਼ਾਅੱਲਾ ਯਾਨੀ ਭਾਈ ਇੱਕ ਮੈਂ ਬਗੈਰ ਨੁਕਤੇ ਤੋਂ ਕਿਤਾਬ ਵੀ ਲਿਖੀ ਹੈ ਉਰਦੂ ਗਜ਼ਲਾਂ ਦੀ ਉਹ ਵੀ ਕੰਪੋਜ਼ ਹੋ ਰਹੀ ਹੈ ਵਰਲਡ ਰਿਕਾਰਡ ਆ ਪੂਰੀ ਕਿਤਾਬ 'ਚ ਨੁਕਤਾ ਨਹੀਂ ਕਿਤਾਬ 'ਚ ਨੁਕਤਾ ਕੋਈ ਨਹੀਂ ਹੈਗਾ ਕਮ ਸੇ ਕਮ 17 ਸਾਲ ਲੱਗੇ ਕਿਤਾਬ ਲਿਖਣ ਮੀਰ ਤਕੀ ਮੀਰ ਸਾਹਿਬ ਤੋਂ ਲੈ ਕੇ ਅੱਜ ਤੱਕ ਕਿਸੇ ਬੰਦੇ ਨੇ ਇਹ ਹਰਕਤ ਨਹੀਂ ਕੀਤੀ ਓਏ ਹੋਏ ਹੋਏ ਕਿ ਸਾਰੀ ਕਿਤਾਬ 'ਚ 210 ਸਫ਼ੇ ਦੀਆਂ ਨੁਕਤਾ ਕੋਈ ਨਹੀਂ ਹੈਗਾ ਅਤੇ ਸ਼ਾਇਰੀ ਸਹੀ ਸਮਝਣ ਵਾਲੀ ਹੋਏਗੀ ਯਾਰ ਲਫ਼ਜ਼ ਤੁਹਾਨੂੰ ਇੱਕ ਅੱਧਾ ਸ਼ੇਰ ਹਾਂ ਉਹਦਾ ਸ਼ੇਰ ਯਾਰ ਵਾਹ ਵਾਹ ਪੂਰੀ ਕਿਤਾਬ ਲਿਖੀ ਆ ਉਹਦੇ 'ਚ ਗਜ਼ਲਾਂ ਗੀਤ ਨੇ ਨੁਕਤਾ ਕੋਈ ਨਹੀਂ ਹੈਗਾ ਅਤੇ ਨੁਕਤਾ ਯਾਨੀ ਉਹ ਲਫ਼ਜ਼ ਨਹੀਂ ਹੈਗੇ ਜਿਨ੍ਹਾਂ 'ਚ ਨੁਕਤੇ ਹੁੰਦੇ ਨੇ ਮਰ ਕੇ ਰਿਸਾਈ ਦਿਲਦਾਰ ਕੇ ਆ ਗਏ ਠਹਿਰ ਜੋ ਪਹਿਲੇ ਸਾਹਿਬ ਮਰ ਹੈਗਾ ਨਹੀਂ ਕੇ ਹੈਗਾ ਨਹੀਂ ਰਸਾਈ 'ਚ ਇਹਨੂੰ ਛੱਡ ਲਓ ਜ਼ਰਾ ਰਸਾਈ 'ਚ ਹੋਣਾ ਜੀ ਰਸਾਈ 'ਚ ਅੱਗੇ ਮਰ ਕੇ ਰਿਸਾਈ ਦਿਲਦਾਰ ਕੇ ਆ ਗਏ ਦਿਲਦਾਰ ਕੇ ਆ ਗਏ ਨਹੀਂ ਹੈ ਉਸਕੀ ਗਲੀ ਹੈ ਦਾਰ ਕੇ ਆ ਗਏ ਵਾਹ ਮਰ ਕੇ ਰਿਸਾਈ ਦਿਲਦਾਰ ਕੇ ਆ ਗਏ ਉਸਕੀ ਗਲੀ ਹੈ ਦਾਰ ਕੇ ਆ ਗਏ ਲਮਹਾ ਲਮਹਾ ਹਾਰ ਮਿਲੀ ਹੈ ਹਾਰ ਮਿਲੀ ਹਰ ਹਾਰ ਕੇ ਆ ਗਏ ਹਾਰ ਦੇ ਥੱਲੇ ਨੁਕਤਾ ਹੁੰਦਾ ਭਾਜੀ ਲਮਹਾ ਲਮਹਾ ਹਾਰ ਮਿਲੀ ਹੈ ਹਾਰ ਮਿਲੀ ਹਰ ਹਾਰ ਕੇ ਆ ਗਏ ਕੋਹਸਾ ਇੱਕ ਦਿਲ ਟੋਟ ਗਿਰਾ ਹੈ ਹਲਕੇ ਸੇ ਇੱਕ ਵਾਰ ਕੇ ਆ ਗਏ ਵਾਹ 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 ਕਿਆ ਬਾਤ ਹੈ ਜੀ ਕਿਆ ਬਾਤ ਹੈ ਇੱਕ ਦਿਲ ਟੋਟ ਗਿਰਾ ਹੈ ਹਲਕੇ ਸੇ ਇੱਕ ਵਾਰ ਕੇ ਆ ਗਏ ਹੌਸਲੇ ਵਾਲੇ ਹੌਸਲਾ ਹਾਰੇ ਦਰਦੇ ਦਿਲ ਕੀ ਮਾਰ ਕੇ ਆ ਗਏ ਵਾਹ 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 ਇੱਦਾਂ ਪੂਰੀ ਕਿਤਾਬ ਦੇ ਵਿੱਚ ਕੋਈ ਨੁਕਤਾ ਨਹੀਂ ਹੈਗਾ ਉਹ ਯਾਰ ਵਾਹ ਵਾਹ ਯਾਰ ਇੱਕ ਵਾਰੀ ਫੇਰ ਕਰਾ ਇਹ ਕਦੋਂ ਰਿਲੀਜ਼ ਹੋ ਰਹੀ ਇਨਸ਼ਾਅੱਲਾ ਤਾਲਾ ਬਹੁਤ ਜਲਦੀ ਕੰਪੋਜ਼ ਹੋ ਰਹੀ ਹੈ ਬਸ ਯਾਰ ਕਿਆ ਬਾਤ ਆ ਬਸ ਵੀ ਕਿੱਦਾਂ ਨੁਕਤੇ ਨਾਲ ਕੀ ਵੈਰ ਹੈ ਤੁਹਾਨੂੰ
नुक्ते ना वैर नहीं दहरा कोई बंदे को इलम हो फन होजागर करना चाहिए अपने आप में मनवाना चाहिए मुनफरद काम च बंद की पछाण होंगी है गीत गजलों से हर बंद ही लिखता वा मैं एक किताब लिखी है जिद उदे च सिर्फ एको ही लफ्ज है या अल्लाह खैर जी अलमद्दा ते सारी किताब लिखी है जी अलमद्दा ते हाँ जी उस किताब का एक शेर सुनावा जी जी दूजी लाइन सुना मेरा ख्याल आ कि मैं जो तुम वेख्या वा ऑफिस अपने उत्थे देखिया जिहड़ा तुहाडा ऑफिस आ उत्थे उत्थे ही देखिया तो कम सारी दड़ी सुबह तो शाम तक कोई तुसी गड्डियां दा दोस्तां दे नाल किराया कर दिओ ऐ कर दिओ नाल तुसी शायर भी हो तो ये एक क्यों नहीं चुनिया मतलब दोवां पासे क्यों सिलसिला दरअसल ना कल्ला शायर जिहड़ा हुंदा ना वह बेचारे का बुरा हाल ही हुंदा भुखा ही मरदा तुहानू पता एक टायर वेच लीए तो एक गाना लिखने वालों बहुते पैसे मिल जाते हैं हम दसो कि करना चाहिए किड़ा करना चाहिए तो फैसला कर दो और कई तो वैसे ही मैंने पूरा एल्बम लिख के दिता से एक रुपया नहीं मैं तुम दिता उस बहुत सारे ऐसे नवे बच्चे भी है जिन्होंने मैं कोलों पैसे ला के भी प्रमोट किया कि चलो ये कोई अपना आले दुआले वाला बच्चा नहीं नजर आया काफ़ी काफ़ी बच्चों को प्रमोट किया जो नवे ना जो समझता सी मैं कि इन टैलेंट है अगे आ सकते हैं तो नहीं पता मैं कितना शौक है गाँव का माशाल्लाह तुम्हारा तो नाम मुकाम है वा नहीं मैं एज ए सिंगर बनना ना तो तुम सिंगर बना दें सिंगर बनाओ मैं कोई लिख के दौ चीज़ आप साहब पहली गल है ताड़ी रिस्पैक्ट साढ़े सिर मत्थे प्रोग्राम का फॉरमेट है थोड़ी जी चिट चौट शुगल मेला लेकिन यह है कि असी मैं बड़ा मुहतात हो के कि जी एक मार्केट वैल्यू आ कोई गल ऐसी ना साढ़े को हो जाए कि वो कोई असरअंदाज हो यार बंदे नू लेकिन तुसी फैसलाबाद ही होने का भी तो सबूत देना ना कोई बिच गल करके फैसलाबाद दे नहीं हो तुसी ते तुसी बगैर कोई सानू छेड़खानी करे हो चले जाओ तो फैसलाबाद दी किन्ने कहना सानू बिल्कुल ये भी तो गल है ना उस्ताद राहत फतेह अली खान साहब के वालद साहब उस्ताद फरक फतेह अली खान उन्होंने मेरा बड़ा प्यार हुंदा सी मैनूं कहिंदे टायर अहमद फैज टायर अहमद फैज हां जी मैनूं कॉल करनी कहना टायर अहमद फैज मैं कहना खान साहब नाम तो बदलो फरकी खान साहब हाँ उन्होंने कहना तू काम बदल ला भाई असं नाम बदल लें हाँ सही गल अच्छा तो तुहानू ये लोग मैं एक बार सिर्फ देखा सी कि 8-9 बंदे तुहाडे आले दुआले बैठे से सारे तुहानू टायर का नाँ लै लैके छेड़ रहे कोई कह रहा जिथे टायर उत्थे खैर कोई कह रहा जी टायर फलाना जिदा इस तरह का तो वह कोई मतलब शुगल मेले के कभी दिल में नहीं लगी कभी कोई गलबात कि यार की सारे मैनू छेड़ते रहते हैं नहीं दरअसल जिदा तुम पहले गल की आ कि जो बंदा किसी ना प्यार करता ना फिर उन्हें छेड़खानियाँ भी करता वा यह मुहब्बत की निशानी होंगी है जिथे प्यार हो छेड़खानी होंगी दूजे बंद टायर तुम पता एक ऐसी चीज़ है जी जिसे सिर पर सारा सर्कल चलता हाँ जी सही गल जिंदगी जिंदगी का सफर वास्ते टायर बहुत जरूरी पहिया हाँ पहिया पहिया घूमना चाहिए पहिया घूमता रहूगा तो गल बनती है वाह 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 इस करके इसे पहिए घुमा रहे हैं लोगों के हाँ ए, 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 ए गल बिल्कुल सही गल हर सफर च हम सफर अब टायर हर सफर च हम सफर अच्छा माशा गाड़ी आपकी टायर हमारे अब टायर गाड़ी तू लाया टायर मैं पवानी है नहीं टायर नहीं टायर बहुत महंगे तेल ते रखोगे सवेरे लाइना लग जाएगी दुकान देके तेल केड़ा सस्ता नहीं नहीं तेल फिर भी तेल तो हम मसलन 272 रुपए लीटर आ टायर एक 40-40 हजार का सही गल मैं कह जी जानी खां वीरे मैं टैरी पैना इन उठा दे यारे यार छड़ी मेहरबानी है इन्नी स्मेल आ रही है मैं की करा मैं तो इते बहुत सारीयां जड़ियां भाई जान ए ना असल च कस ज्यादा गया वा अच्छा जी हां एट हो जाएगा ठीक नवा पवा ली कोई गल नहीं इदे च किते किल फिर गया ही काला मुंह ते नीले टायर अच्छा जी अच्छा पहले ते दसो केड़े-केड़े सिंगर ने तुहाडा तुहाडे आइटम गाए ने मेरे राहत साहब ठीक है लखविंदर बराली साहब ओके माशा अली साहब हाँ माशा अली नूना सिस्टर ने काफी कलाम मेरा गाया अच्छा उन्होंने फादर साहब गुलशन मीर साहब ने भी काफी मेरा उन्होंने भी काफी जड़ा ना कंपोजिशन बना अच्छा जो दो ए रिलीज कर देने गाना ताड़ा क्रेडिट च लिख देने के एम एस आबद हाँ जी इंडियन इसके लोग बहुत मुनसफ लोग अच्छा वो किसी बंदे का भी एक लाइन भी कहना उदा जिक्र जरूर कर दे गुड
हूँ मास्टर सलीम साहब का भी एक आ रहा नवा कलाम, उस तो अलावा कंवर गिरेवाल साहब सूफी सिंगर जो, हाँ जी हाँ जी, उन्होंने भी एक ना नवी चीज़ इन्ना टाइम होंगे तो एड्डी छेती लिख लेंगे तुम? मैं तकरीबन कोई अगर लिखने बैठा तो 100 गाने लिख लेना, 100 तो भी ज्यादा। कि दिन एक दिन 100 तो ज्यादा गाने लिख लेना। वो बंद करो कैमरे कूमरे यार, वो यार चलिए यार, 120 गाने तक तो मैं लिखे हुए हैं ना एक दिन च। हाँ जी, मैंने लखविंदर भाई कहते होंगे तुम कि ऐसा मैमरी कार्ड पा लिया जो हटता ही नहीं, जो कहते ना यार आप स्टाइल से लिखी भाजी, मैं 40-50-60-70-80 जो कट्ठे गाने छड़ देना, कहते भाजी कि मैमरी कार्ड पा लिया। मैंने को बंदा कहे ना भी आ लिखे पे इतों वेख के लिखी जा, तो मैं 120 नहीं लिख सकता मिनीम, मतलब मैक्सीम कि लिखे ने जो तुम लिख चुके हो, जे मतलब ये नहीं कि भी मैं लिख सकता नहीं, जे मैं 100 तो उत्ते लिखे तकरीबन कोई 118-119 यार 100 ही रहन दो, 100 तक लिखे ने। हाँ एक दिन एक दिन हर एक दिन नवी शायरी, नवी शायरी होनी है, और हर गाने की नवी शायरी और हर गाने का नवा मूड, मतलब कोई सूफी कोई सैड कोई कवाली टाइप, मतलब इस तरह ना जो भी ख्याल आया बस। हाँ जी भाजी, अगले को मंगवानी गड्डी भी तू लिया, तेल भी तू लिया, आप लिखना ही बस। मिठा साहब बड़ी गल है ये, और नहीं नहीं उन्होंने कहा गड्डी तू मंगाला तेल मैं पवानी आ, मैं नु चौक च ले जी बस। हां जी, ये पहला गाना जी अमेरिकन सिस्टम ते बनया गाना जी गड्डी तू। अच्छा एक तो आइडिया आया भी गड्डी तू मंगाला तेल मैं पवानी, यार तुम पता एक रिवायती जी गल हालात ऐसे आ, देखो माड़े घर ना यारी लाई होवे फिर ध्यान भी रखना पैंदा। वाह वाह वाह, आप साहब आई लव यू, लव यू टू। वाह वाह, बहुत अच्छे बहुत अच्छे, क्या बात। मैं यकीन करो मैं फैन तो ताडा गई साहब, बड़ा ताडा प्यार आ, बड़ा टाइम गुजरिया, बड़ा आप बेंदे, लेकिन अज जड़ा ना मैं सची पुची जिवें कहते ना घर की मुर्गी दाल बराबर, पहले मतलब यार साढ़े दोस्त ने मैं साहब साहु बड़े लहा लाँगे गाना, तू गाना गाना मैं तो लिखवा देना, अज मेरा मतलब रिस्पैक्ट तो पहले भी सी लेकिन उस रिस्पैक्ट के भी थोड़ा जहा फ्रैंकनेस सी, अज सची मुची यकीन करो कि मैं 10,000-20,000 गुना ज़्यादा रिस्पैक्ट तो वट की ताकि एक तो नुकत्या जी गल मैं बहुत हैरान होया कि यार बहुत वड्डी गल आ कि पूरी किताब च नुकता ही कोई नहीं है, क्या बात है, एक नुकते ते गल मुकदी सी तुसी नुकता ही मुकाता, ना नुकता वे ना गल रवे, ना नुकता वे ना गल रवे, लेकिन तुसी ये साबित किया कि नुकते तो बगैर भी गल हो सकती। वाह वाह क्या बात है। आप साहब साढ़े है शाह साहब बड़े अच्छे सिंगर ने, तुहाडा ही गाना एक असी इन्हां कोलों सुनदे आ और यही सुनदे आ गड्डी तू मंगाला तेल मैं पवानी, क्या बात है जी जनाब शाह साहब। तेनू छड़िए ते तां मरिए दिल तेनू दे बैठे हुण करिए ते की करिए तेनू प्यार हो गया मैनू सइयां कहंदियां, तेनू प्यार हो गया मैनू सइयां कहंदियां, जे मैं तेरे कोल रवां ते मैं राजी रहनियां, जे मैं तेरे कोल रवां ते मैं राजी रहनियां, गड्डी तू मगा लै तेल मैं पवानी हाँ, गड्डी तू मगा लै तेल मैं पवानी हाँ, जे मैं तेरे कोल रवां ते मैं राजी रहनी आ, जे मैं तेरे कोल रवां ते मैं राजी रहनी आ, तेनू प्यार हो गया समझाउण सच्चा प्यार नहीं लभदा, दुनिया दी भीड़ विच यार नहीं लभदा, लोकी समझाउण सच्चा प्यार नहीं लभदा, दुनिया दी भीड़ विच यार नहीं लभदा, दिल नहीं मनदा जदों तेनू वेनिया, दिल नहीं मनदा तेनू बेनिया,
मैं तेरे कोल रवा ते मेरा दीरे निया जे मैं तेरे कोल रवा ते मेरा दीरे निया तेनू प्यार हो गया ना तेरा लेके मैनू छेड़ दिया सखियां तक ले आओ ना तेनू बिच मेरी अखियां ना तेरा लेके मैनू छेड़ दिया सखियां तक ले आओ ना तेनू बिच मेरी अखियां सोनी अखां वालिया तेनू बेंदी रहनिया सोनी अखां वालिया तेनू बेंदी रहनिया जे मैं तेरे कोल रवा ते मैं राधी रहनिया जे मैं तेरे कोल रवा ते मैं राधी रहनिया गड्डी तू मगा ले तेल मैं पवानी हाँ गड्डी तू मगा ले तेल मैं पवानी हाँ जे मैं तेरे कोल रवा ते मैं राधी रहनिया जे मैं तेरे कोल रवा ते मैं राधी रहनिया जे मैं तेरे कोल रवा ते मैं राधी रहनी आ जे मैं तेरे कोल रवा ते राधी रहनी आ। कोई ऐसा वाकया शेयर करो कि जेड़ा तुसी अज तक याद वगे जा रहा है कि मेरे नाल काम होया। राहत फतेह अली खान साहब दे ना एक रिकॉर्डिंग सी उत्थों ना लेट तकरीबन 2 बजे मैं निकलिया सैकल मेरे कोल हुंदी सी रात नूं मैं आस्ता आस्ता आ रहा सैकल ते तो कब्रस्तान मोड़ गुलाम अहमदाबाद जड़ा उत्थे नाका लगा ना मैं रोक लिया हाथ अपना रजिस्टर से शायरी वाला कहते इधर आओ इस टाइम पुलिस वाले ने रोक लिया इस टाइम कितों आया मैं क्या भाजी शायर बंदे हाँ उदू दो चार चीज़ा बड़ी हिट सी उदू मैं क्या फलां फलां अच्छा शायर हाँ इधर आ अगे कोई एस आई साहब बैठे थे उन्होंने नाम से अब्दुल्ला आसी अगे वह भी शायर से अब्दुल्ला आसी झकते थे कोई अच्छा उन्हें कहा सारे शायर आ कोई उन्हें कहा इधर लै गया इन शायर हाँ सुना भी कुछ चीज़ा मेरे को 2-3 चीज़ा सुनिया मैं भी शायर हाँ हूँ गल ये काका कि तू 4 बजे तक हूँ मेरा कलाम सुनना 4 बजे मेरी ड्यूटी खत्म होनी है फिर तेरी जान छुटनी यार अब साहब लव यू बहुत सारा प्यार बहुत मेहरबान और जेड़े देख रहे ने सारे इंशाल्लाह ताला मैं कोशिश करांगा कि ऐसियां हस्तियां ऐसे लोग जिन्होंने बड़ा काम किया लेकिन कितने ना किसे लाइफ की मसरूफियत सामने बहुत ज़्यादा नहीं आ सके उन्होंने तुहाडे नाल मिलावा और अब साहब एक बार फिर सारे वालों लव यू थैंक यू वेरी मच नैक्सट आना फिर जरूर मुलाकात होगी बहुत बहुत प्यार बड़ी मेहरबानी बहुत शुक्रिया अपना बहुत ख्याल रखना जी नाज़रीन नैक्सट प्रोग्राम फिर तुहाडे नाल मुलाकात होगी अल्लाह हाफिज़।